ਵਿਲਾਲ ਦੀ ਇਸ ਪਿਆਰੀ ਗਲੀ ਦਾ ਸਦਕਾ ਉਹਨੂੰ ਮਾਫ਼ ਫਰਮਾ ਦੇਣਾ। ਪਿਆਰੇ ਤੋਂ ਕਰੀਮ ਪਿਆਰੇ ਆਦਾ ਸੱਲੱਲਾਹੁ ਅਲੈਹਿ ਵਸੱਲਮ ਦਾ ਸਦਕਾ ਉਹ ਹੈ ਬਾਪ ਜਿਹੜੇ ਬੇਉਲਾਦ ਨੂੰ ਔਲਾਦ ਨਬੀ ਨਾ ਅਤਾ ਫਰਮਾਉਣ, ਜਿਹੜੇ ਬੇਰੋਜ਼ਗਾਰ ਨੂੰ ਰੋਜ਼ਗਾਰ ਅਤਾ ਫਰਮਾਉਣ, ਜਿਹੜੇ ਮੁਸ਼ਕਿਲਾਂ ਦੀਆਂ ਮੁਸ਼ਕਿਲਾਂ ਆਸਾਨ ਫਰਮਾਉਣ, ਜਿਹੜੇ ਬੇਗੁਨਾਹ ਕੈਦੀ ਨੂੰ ਰਹਾਈ ਅਤਾ ਫਰਮਾਉਣ। ਅੱਲਾਹ ਪਾਕ ਪਿਆਰੇ ਆਦਾ ਦਾਨ ਸੱਲੱਲਾਹੁ ਅਲੈਹਿ ਵਸੱਲਮ ਦਾ ਸਦਕਾ ਹਜ਼ਰਤ ਨਜੀਬ ਸੁਲਤਾਨ ਸਾਹਿਬ ਨੂੰ ਉਮਰ ਖਿਜ਼ਰੀ ਅਤਾ ਫਰਮਾਉਣ। ਹਜ਼ੂਰ ਸੁਲਤਾਨ ਸਾਹਿਬ ਦੇ ਪਿਆਰ ਬੇਕਰੀਬ ਹਜ਼ੂਰ ਸੁਲਤਾਨ ਸਾਹਿਬ ਦੇ ਮੁਰੀਦਾਂ ਨੂੰ ਆਪਣੇ ਪੈਰ ਨੂੰ ਮੁਸਤਫੀਸ ਕਰ ਰਹੇ ਨੇ। ਅੱਲਾਹ ਪਾਕ ਉਹਨਾਂ ਨੂੰ ਇਹ ਅਮਲ ਜਾਰੀ ਉਸਾਰੀ ਰੱਖਣ ਦੀ ਤੋਫੀਕ ਅਤਾ ਫਰਮਾਉਣ। ਯਾਰ ਬੇ ਕਰੀਮ ਪਿਆਰੇ ਆਦਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਸਦਕਾ ਸਾਡੇ ਕੋਲ ਤਕੀ ਰੱਖਦਾ ਹੈ ਜ਼ਰੂਰ ਫਰਮਾਉਣਾ। ਯਾਰ ਲੈ ਤੇ ਹਜ਼ੂਰ ਅਲੈਹਿ ਸਲਾਤੁ ਵਸਲਾਮ ਦੇ ਨਿਜ਼ਾਮ ਨੂੰ ਤਖਤਾਵਰ ਫਰਮਾਉਣਾ। ਆਪਣੇ ਮਹਬੂਬੇ ਪਾਕ ਦਾ ਸਦਕਾ ਮੇਰੇ ਅੱਲਾਹ ਪਾਕ ਜਿਹੜੇ ਗਲਤੀਆਂ ਦੇ ਸਭ ਕੁਤਾਹੀਆਂ ਨਾਲ ਇਸ ਮਹਿਫਲ ਵਿੱਚ ਆਏ ਨੇ, ਅੱਲਾਹ ਸਭ ਨੂੰ ਸਭ ਦੀ ਮਾਫ਼ੀ ਅਤਾ ਫਰਮਾਉਣਾ। ਹਜ਼ੂਰ ਅਲੈਹਿ ਸਲਾਤੁ ਵਸਲਾਮ ਦੇ ਮਿਲਾਦ ਦੀ ਗਲੀਆਂ ਦਾ ਸਦਕਾ। ਯਾਰ ਬੇ ਕਰੀਮ ਜਿਹੜੇ ਰਿਜ਼ਕ ਦੀ ਤੰਗੀ ਵਾਲੇ ਨੇ, ਅੱਲਾਹ ਪਾਕ ਉਹਨੂੰ ਪੁਛਾਤਾ ਜਿਸ ਦਾ ਤਾ ਫਰਮਾਉਣਾ। ਯਾ ਅੱਲਾਹ ਜਿਹੜੀ ਪੇਸ਼ਾਨ ਹਾਲ ਨੀ ਪੇਸ਼ਾਨੀਆਂ ਦੂਰ ਫਰਮਾਉਣਾ। ਯਾਰ ਬੇ ਕਰੀਮ ਹਜ਼ੂਰ ਅਲੈਹਿ ਸਲਾਤੁ ਵਸਲਾਮ ਦਾ ਸਦਕਾ ਬਾਦਸ਼ਾਹ ਸਾਹਿਬ ਦੇ ਮੁਰੀਦੈਨ ਨੇ, ਅੱਲਾਹ ਪਾਕ ਇਹਨਾਂ ਦੀਆਂ ਨਸਲਾਂ ਦੇ ਵਿੱਚ ਹਜ਼ੂਰ ਅਲੈਹਿ ਸਲਾਤੁ ਵਸਲਾਮ ਦੀ ਮੁਹੱਬਤ ਅਤਾ ਫਰਮਾਉਣਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਸਦਕਾ ਜਿਹੜੀਆਂ ਗਲਤੀਆਂ ਦਾ ਸੀ ਉਹ ਪੁੱਤਾਂ ਸਭ ਮਾਫ਼ ਫਰਮਾਉਣਾ। ਅੱਲਾਹ ਪਾਕ ਸਾਨੂੰ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਸਦਕਾ ਕਿਸੇ ਦਾ ਮੁਹਤਾਜ ਨਾ ਕਰਨਾ। ਯਾ ਅੱਲਾਹ ਜਿਹੜੇ ਖਸੂਸੀ ਤੌਰ 'ਤੇ ਲੜਕਿਆਂ ਨੂੰ ਮੁਤਮੰਨੀ ਨੇ ਮੇਰੇ ਅੱਲਾਹ ਕਰੀਮ ਉਹਨੂੰ ਮੁਗਾ ਦੇ ਨਦੀਨ ਅਤਾ ਫਰਮਾਉਣਾ। ਯਾ ਰੱਬੇ ਕਰੀਮ ਜਿਹੜੀ ਈਦਮ ਜਿਹੜੇ ਸਾਡੇ ਤਮਾਮ ਹਾਜ਼ਰੀਨ ਜਿਹੜੇ ਇਸ ਵਕਤ ਤੇਰੀ ਬਾਗਾ ਕਰੀਮ ਦੇ ਵਿੱਚ ਆਪਣੇ ਗੁਨਾਹਗਾਰ ਹੱਕਾਂ ਨੂੰ ਦਰਾਸ ਕਰਕੇ ਖਲੋਤੇ ਨੇ, ਮੇਰੇ ਅੱਲਾਹ ਕਰੀਮ ਤੂੰ ਗਫੂਰੂ ਰਹੀਮ ਹੈ, ਅੱਲਾਹ ਪਾਕ ਤੂੰ 70 ਮਾਵਾਂ ਨਾਲ ਬਹੁਤ ਪਿਆਰ ਕਰਨ ਵਾਲੀ ਜ਼ਾਤ ਹੈ। ਯਾ ਅੱਲਾਹ ਤੂੰ ਇਬਨ ਅੱਲਾਹ ਲਾਕੂ ਦੇ ਸ਼ਰੀਮ ਤਦਬੀਰ ਤਰਤਾਸ਼ ਮਰਨ ਵਾਲੀ ਜ਼ਾਤ ਹੈ। ਅੱਲਾਹ ਪਾਕ ਦੇ ਤੂੰ ਹਰ ਚੀਜ਼ 'ਤੇ ਕਾਦਰ ਹੈ। ਰੱਬੇ ਕਰੀਮ ਸਾਡੇ ਦਿਲਾਂ ਦੇ ਅੰਦਰ ਜਿਹੜੀਆਂ ਉਹ ਆਰਜ਼ੂਆਂ ਨੇ ਜਿਹਨਾਂ ਨੂੰ ਅਸੀਂ ਜ਼ਬਾਨ 'ਤੇ ਨਹੀਂ ਲਿਆ ਸਕਦੇ, ਅੱਲਾਹ ਪਾਕ ਉਹਨਾਂ ਨੂੰ ਕਬੂਲ ਕਰੇ। ਯਾ ਰੱਬੇ ਕਰੀਮ ਆਪਣੇ ਮਹਬੂਬੇ ਕਰੀਮ ਦਾ ਸਦਕਾ ਸਾਡੀ ਦੀਨ ਦੁਨੀਆ ਸਵਾਰ ਦਿੰਦਾ। ਯਾ ਅੱਲਾਹ ਯਾ ਰਹਿਮਾਨ ਯਾ ਰਹੀਮ ਯਾ ਹਯੂ ਯਾ ਕਯੂਮ ਯਾ ਸੱਤਾਰ ਯਾ ਗੁਫਾਰ ਯਾ ਰਹੀਮ ਯਾ ਕਰੀਮ ਯਾ ਰੱਬੁਲ ਆਲਮੀਨ ਸੁਲਤਾਨ ਸਾਹਿਬ ਦੇ ਫਕੀਰ ਰਿਆਸਤ ਦੀ ਪੰਜ ਬੱਚੀਆਂ ਨੇ ਅੱਲਾਹ ਪਾਕ ਨੂੰ ਉਲਾਦੇ ਨਦੀਨ ਆਤਾ ਫਰਮਾਉਣਾ। ਇਸ ਤਰ੍ਹਾਂ ਮੇਰੀ ਬੱਚੀ ਦੀਆਂ ਪੰਜ ਬੇਟੀਆਂ